ਸੱਚ ਤੇ ਪੈਰਾ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡਾ ਸਤਿ ਸ਼੍ਰੀ ਅਕਾਲ। ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਅੱਜ ਜਿਹੜਾ ਧਰਨਾ ਲੱਗਿਆ ਇਹ ਮੋਦੀ ਦੀਆਂ ਜਿਹੜੀਆਂ ਗਲਤ ਕਰਤੂਤਾਂ ਕਰ ਰਿਹਾ, ਮੋਦੀ ਜਿਹੜੇ ਗਲਤ ਕਾਨੂੰਨ ਲਿਆ ਰਿਹਾ ਉਹਨਾਂ ਦੇ ਵਿਰੋਧ ਦੇ ਵਿੱਚ ਲੱਗਿਆ ਹੋਇਆ। ਮੋਦੀ ਸਾਹਿਬ ਇਹ ਸਮਝ ਲੈ, ਲੋਕਾਂ ਦਾ ਰੋਹ ਦੇਖ ਲੈ, ਇਕੱਠ ਦੇਖ ਲੈ। ਜਿੰਨਾ ਇਕੱਠ ਦਿੱਲੀ ਦੇ ਵਿੱਚ ਹੈ ਉਦੋਂ ਵੱਧ ਇੱਥੇ ਹਰੇਕ ਬੈਰੀਅਰ 'ਤੇ, ਹਰੇਕ ਟੋਲ ਪਲਾਜ਼ੇ 'ਤੇ ਉਦੋਂ ਲੱਖਾਂ ਦੀ ਗਿਣਤੀ 'ਚ ਲੋਕ ਬੈਠੇ ਹੈ। ਇਹ ਭਾਜਪਾ ਦੀਆਂ ਗਲਤ ਨੀਤੀਆਂ ਦੇ ਕਰਕੇ, ਕਾਲੇ ਕਾਨੂੰਨਾਂ ਦੇ ਕਰਕੇ ਹੈ। ਮੋਦੀ ਸਾਹਿਬ ਜਲਦੀ ਤੋਂ ਜਲਦੀ ਕਾਲੇ ਕਾਨੂੰਨ ਵਾਪਸ ਕਰ ਲਓ, ਨਹੀਂ ਤਾਂ ਇਹਨਾਂ ਨੇ ਤੁਹਾਨੂੰ ਦਿੱਲੀ ਦੇ ਵਿੱਚ ਰਹਿਣ ਦੇ ਕਾਬਲ ਛੱਡਣਾ ਨਹੀਂ ਹੈ। ਤੁਸੀਂ ਆਪਣੇ ਇਹ ਕਾਨੂੰਨ ਤਿੰਨੇ ਵਾਪਸ ਲਓ, ਤਾਂ ਹੀ ਲੋਕ ਸ਼ਾਂਤ ਹੋ ਕੇ ਬੈਠਣਗੇ। ਇਦੋਂ ਘੱਟ ਇਹਨਾਂ ਨੂੰ ਕੁਛ ਵੀ ਮਨਜ਼ੂਰ ਨਹੀਂ ਹੈ। ਕਿਸਾਨਾਂ ਦਾ ਕਹਿਣਾ ਵੀ ਜਿਹੜੇ ਲੋਕ ਰਾਜਨੀਤਿਕ ਤੌਰ 'ਤੇ ਇੱਥੇ ਆਉਂਦੇ ਨੇ, ਤੁਸੀਂ ਰਾਜਨੀਤਿਕ ਤੌਰ 'ਤੇ ਆਉਂਦੇ, ਕਿਸਾਨੀ ਤੌਰ 'ਤੇ ਆਉਂਦੇ ਹੋ? ਅਸੀਂ ਕੋਈ ਰਾਜਨੀਤਿਕ ਤੌਰ 'ਤੇ ਨਹੀਂ ਆਉਂਦੇ, ਅਸੀਂ ਕਿਸਾਨਾਂ ਦੇ ਬੱਚੇ, ਮਜ਼ਦੂਰਾਂ ਦੇ ਬੱਚੇ ਹਾਂ। ਸਾਨੂੰ ਪਤਾ ਵੀ ਕਿਸਾਨ ਤੋਂ ਪਹਿਲਾਂ ਤਾਂ ਮਜ਼ਦੂਰ ਨੇ ਮਰ ਜਾਣਾ। ਜਿਵੇਂ ਇੱਕ ਕਹਾਵਤ ਹੈ, ਤਿੱਤਰ ਭੁਣਦੇ ਨੂੰ ਬਟੇਰ ਪਹਿਲਾਂ ਸੜ ਜਾਂਦੀ ਹੈ, ਇਸ ਤਰ੍ਹਾਂ ਹੀ ਜਿਹੜਾ ਕਿਸਾਨ ਹੈ ਇਹ ਤਾਂ ਮਰਦਾ ਹੀ ਮਰੂਗਾ ਨਾ, ਮਜ਼ਦੂਰ ਇਹਦੇ ਨਾਲੋਂ ਪਹਿਲਾਂ ਮਰ ਜੂਗਾ। ਇਸ ਲਈ ਇਹ ਕੋਈ ਅੰਦੋਲਨ ਇਕੱਲਾ ਕਿਸਾਨ ਦਾ ਨਹੀਂ ਹੈ, ਇਹ ਕਿਸਾਨ, ਮਜ਼ਦੂਰ, ਆੜ੍ਹਤੀ, ਦੁਕਾਨਦਾਰ, ਇੰਪਲਾਈਜ਼, ਹਰੇਕ ਦਾ ਇਹ ਸਾਰਾ ਇਕੱਠਾ ਇਹ ਪ੍ਰੋਗਰਾਮ ਹੈ। ਇਹ ਇਕੱਠੀ ਸਾਰੇ ਹੋ ਕੇ ਇਸ ਨੂੰ ਲੜਿਆ ਜਾਊਗਾ, ਤਾਂ ਹੀ ਇਹ ਲੜਿਆ ਜਾਊਗਾ। ਅਤੇ ਅਸੀਂ ਕੋਈ ਲਾਹ ਲੈਣ ਨਹੀਂ ਆਉਂਦੇ, ਅਸੀਂ ਤਾਂ ਸਿਰਫ ਆਪਣੇ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਉਹਨਾਂ ਦੇ ਖਿਲਾਫ ਆਉਂਦੇ ਹਾਂ। ਮੋਦੀ ਨੇ ਜੇ ਨਾ ਫੈਸਲਾ ਲਿਆ ਕੋਈ ਨਾ ਕੋਈ, ਤਾਂ ਇਹ ਬਹੁਤ ਹੀ ਵਿਸ਼ਾਲ, ਬਹੁਤ ਹੀ ਵੱਡਾ ਐਸਾ ਕੋਈ ਉਦਮ ਉੱਠੂਗਾ ਜਿਹੜਾ ਕਿ ਮੋਦੀ ਤੋਂ ਸੰਭਾਲਿਆ ਨਹੀਂ ਸੰਭਾਲਣਾ। ਇਹ ਪਹਿਲੀਆਂ ਕਰਤੂਤਾਂ ਇਹਨੇ ਗਲਤ ਪੰਜਾਬ ਦੇ ਲੋਕਾਂ ਨੂੰ ਛੇੜ ਕੇ ਬੈਠ ਗਿਆ। ਇਹ ਬਾਕੀ ਦੂਜੀਆਂ ਸਟੇਟਾਂ 'ਚ ਪੰਗੇ ਲੈਂਦਾ ਸੀ ਅਤੇ ਹੁਣ ਇਹਨੇ ਪੰਜਾਬ ਨਾਲ ਪੰਗਾ ਲਿਆ। ਇਹਨੂੰ ਹੁਣ ਪਤਾ ਲੱਗ ਜੂਗਾ ਵੀ ਪੰਜਾਬੀਆਂ ਦੇ ਨਾਲ ਪੰਗਾ ਲੈਣਾ ਕਿੰਨਾ ਇਹਨੂੰ ਮਹਿੰਗਾ ਪੈਂਦਾ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।